ਬਾਈ ਜੀ ਆਹ ਵੀਡੀਓ ਨੂੰ ਨਾ ਮੈਂ ਲਾਈਕ ਕਰਨ ਲਈ ਕਹਿੰਦਾ, ਨਾ ਮੈਂ ਪੇਜ ਨੂੰ ਫੋਲੋ ਕਰਨ ਲਈ ਕਹਿੰਦਾ, ਬਸ ਇਸ ਵੀਡੀਓ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ, ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਦੀ ਹੈਲਪ ਹੋ ਸਕਦੀ ਹੈ। ਇੱਕ ਮਾਂ ਦਾ ਲਾਡਲਾ ਪੁੱਤ ਉਸਨੂੰ ਵਾਪਸ ਮਿਲ ਸਕਦਾ, ਪਿਓ ਦਾ ਲਾਡਲਾ ਪੁੱਤ ਵਾਪਸ ਮਿਲ ਸਕਦਾ, ਘਰ ਆ ਸਕਦਾ। ਬਾਈ ਜੀ 13 ਸਾਲ ਦਾ ਮੁੰਡਾ ਜੋ ਢੋਲੀ ਦੇ ਨਾਲ ਉਹ ਛੈਣਾ ਵਜਾਉਣ ਜਾਂਦਾ, 13 ਸਾਲ ਤੋਂ ਵੀ ਘੱਟ ਉਮਰ ਹੈ, 13 ਸਾਲ ਦਾ ਮੁੰਡਾ ਜੋ ਆਪਣੇ ਪਰਿਵਾਰ ਦੇ ਲਈ ਮਿਹਨਤ ਕਰਦਾ, ਆਪਣੇ ਪਰਿਵਾਰ ਦੇ ਲਈ ਮਿਹਨਤ ਕਰਦਾ ਕਰਦਾ ਅੱਜ ਕੋਮਾ ਦੇ ਵਿੱਚ ਪਹੁੰਚ ਜਾਂਦਾ। ਬਾਈ ਜੀ 13 ਸਾਲ ਦੀ ਉਮਰ ਹੈ, ਢੋਲੀਆਂ ਦੇ ਨਾਲ ਜਾਂਦਾ, ਵਿਆਹਾਂ ਦੇ ਵਿੱਚ ਪ੍ਰੋਗਰਾਮ ਲਾਉਂਦਾ, ਛੈਣਾ ਵਜਾਉਂਦਾ, ਥੱਲੇ ਡਿੱਗੇ ਹੋਏ ਨੋਟ ਚੱਕਦਾ। ਪਰ ਬਾਈ ਜੀ ਅਚਾਨਕ ਹੁਣ 27 ਜੂਨ ਨੂੰ ਉਹ ਛੋਟਾ ਜਿਹਾ ਮੁੰਡਾ 13 ਸਾਲ ਦਾ, ਜੋ ਤੁਸੀਂ ਪਿੱਛੇ ਵੀਡੀਓ ਦੇਖ ਰਹੇ ਹੋ, ਫੋਟੋ ਦੇਖ ਰਹੇ ਹੋ, ਹਨਾ, ਤੇ ਬਾਈ ਜੀ ਇਹ ਮੁੰਡਾ ਬਾਈ ਜੀ ਇੱਕ ਬੰਬੀ ਤੇ ਜਾਂਦਾ ਤੇ ਉੱਥੇ ਬਾਈ ਜੀ ਸਿਰ ਦੇ ਵਿੱਚ ਸੱਟ ਵੱਜ ਜਾਂਦੀ ਆ। ਉਸ ਤੋਂ ਬਾਅਦ ਬਾਈ ਜੀ ਸਿਰ ਦੇ ਵਿੱਚ ਇੰਨੀ ਕੁ ਜ਼ਿਆਦਾ ਸੱਟ ਵੱਜ ਜਾਂਦੀ ਆ ਕਿ ਅੱਜ ਇਹ ਮੁੰਡਾ ਕੋਮਾ ਦੇ ਵਿੱਚ ਪਿਆ ਬਾਈ ਜੀ। ਤੇ ਹੁਣ ਤੱਕ ਪਰਿਵਾਰ ਦਾ ਬਾਈ ਜੀ ਕਿਸੇ ਤੋਂ ਫੜ ਫੜ ਕੇ ਰਿਸ਼ਤੇਦਾਰਾਂ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਪੈਸੇ ਫੜੇ, 3 ਤੋਂ 4 ਲੱਖ ਰੁਪਏ ਦਾ ਕਹਿੰਦੇ ਖਰਚਾ ਆ ਗਿਆ, ਜੋ ਪਰਿਵਾਰ ਦੇ ਮੈਂਬਰ ਨੇ ਦੱਸਿਆ ਬਾਈ ਜੀ। ਪਰ ਹੁਣ ਬਾਈ ਜੀ ਪਰਿਵਾਰ ਇੰਨਾ ਖਰਚਾ ਅਫੋਰਡ ਨਹੀਂ ਕਰ ਸਕਦਾ, ਇੰਨਾ ਖਰਚਾ ਮੁੰਡੇ ਤੇ ਨਹੀਂ ਕਰ ਸਕਦਾ। ਇੰਨਾ ਖਰਚਾ ਕਰਨ ਤੋਂ ਬਾਅਦ ਵੀ ਬਾਈ ਜੀ ਹੁਣ ਤੱਕ ਉਹ ਮੁੰਡਾ ਕੋਮਾ ਦੇ ਵਿੱਚ ਆ, ਜੋ ਮਿਹਨਤ ਕਰਦਾ ਸੀ ਪਰਿਵਾਰ ਦੇ ਲਈ, 13 ਸਾਲ ਉਮਰ ਹੁੰਦੀ ਕੀ ਆ ਬਾਈ ਜੀ, ਪਰ ਅੱਜ ਉਹ ਕੋਮਾ ਦੇ ਵਿੱਚ ਆ। ਨਾਮ ਆ ਬਾਈ ਜੀ ਗੈਵੀ ਗਿੱਲ, ਪਿਓਵਾ ਦੇ ਮੋਰਥਲੀ ਦਾ ਰਹਿਣ ਵਾਲਾ ਉਹ ਮੁੰਡਾ ਬਾਈ ਜੀ, ਤੇ ਅੱਜ ਉਹ ਮੁੰਡਾ ਬਾਈ ਜੀ ਕੁਰਸ਼ੇਤਰ ਦੇ ਜੈਨ ਹੋਸਪਿਟਲ ਦੇ ਵਿੱਚ ਦਾਖਲ ਆ। ਜੇ ਹਰਿਆਣੇ ਤੋਂ ਭੇਵਾ ਤੋਂ ਆ ਬਾਈ ਜੀ, ਉੱਥੇ ਜਾ ਕੇ ਉਸਦਾ ਪਤਾ ਵੀ ਲੈ ਸਕਦੇ ਹੋ ਤੇ ਪਰਿਵਾਰ ਦੀ ਹੈਲਪ ਵੀ ਕਰ ਸਕਦੇ ਹੋ। ਹੱਥ ਜੋੜ ਕੇ ਬੇਨਤੀ ਆ ਬਾਈ ਜੀ, ਸਕਰੀਨ ਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਤੇ ਕਾਲ ਕਰਕੇ, ਤੇ ਬਾਈ ਜੀ ਗੂਗਲ ਪੇ ਨੰਬਰ ਆ, ਕਨਫਰਮ ਕਰਕੇ ਕਾਲ ਕਰਕੇ ਇਹਨਾਂ ਨੂੰ ਤੁਸੀਂ ਜਿੰਨੀ ਵੀ ਸ਼ਰਧਾ ਬਾਈ ਜੀ, ਜਿੰਨੀ ਵੀ ਸ਼ਰਧਾ ਹੋਵੇ, 100, 50, 200, 300, 500, 1000, ਜੇ ਕੋਈ NRI ਭਰਾ ਦੇਖ ਰਿਹਾ ਤਾਂ ਬਾਈ ਜੀ ਹੈਲਪ ਕਰੋ, ਤਾਂ ਕਿ ਯਾਰ ਇੱਕ ਮਾਂ ਦਾ ਪੁੱਤ ਜਿਹੜਾ ਅੱਜ ਕੋਮਾ ਦੇ ਵਿੱਚ ਪਿਆ, ਪਤਾ ਨਹੀਂ ਕਿ ਬਾਹਰ ਆਏਗਾ ਨਹੀਂ ਆਏਗਾ। ਹਜੇ ਵੀ ਬਾਈ ਜੀ ਹੋਸਪਿਟਲ ਦੇ ਵਾਲਿਆਂ ਨੇ ਖਰਚਾ ਦੱਸਿਆ 1.5 ਤੋਂ 2 ਲੱਖ ਰੁਪਇਆ ਖਰਚਾ ਦੱਸਿਆ। ਤਾਂ ਬਾਈ ਜੀ ਹੁਣ ਪੰਜਾਬੀ ਹਾਂ ਆਪਾਂ, ਪੰਜਾਬੀ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਦੀ ਹੈਲਪ ਕਰਦੇ ਹਾਂ, ਇਹਦੇ 'ਚ ਬਾਈ ਜੀ ਕੋਈ ਧਰਮ ਨਹੀਂ ਮੈਟਰ ਕਰਦਾ। ਜਦੋਂ ਹੈਲਪ ਕਰਨ 'ਤੇ ਆਉਂਦੇ ਆ, ਚਾਹੇ ਉਹ ਕੋਈ ਵੀ ਸੂਬੇ ਦਾ ਹੋਵੇ, ਬਾਈ ਜੀ ਹੈਲਪ ਸਾਨੂੰ ਕਰਨੀ ਚਾਹੀਦੀ ਆ। ਅਤੇ ਹਰਿਆਣੇ ਦੇ ਵਿੱਚ ਬਾਈ ਜੀ ਜੈਨ ਹੋਸਪਿਟਲ ਦੇ ਵਿੱਚ, ਕੁਰਸ਼ੇਤਰ ਦੇ ਵਿੱਚ ਇਹ ਮੁੰਡਾ ਗੈਵੀ ਗਿੱਲ ਨਾਮ ਦਾ ਮੁੰਡਾ ਜੋ ਕੋਮਾ ਦੇ ਵਿੱਚ ਆ, ਇਸ ਟਾਈਮ ਦੱਸਿਆ ਜੋ ਸਾਨੂੰ ਕੋਮਾ ਦੇ ਵਿੱਚ ਮੁੰਡਾ, ਅਤੇ ਬਾਈ ਜੀ ਕਿਸੇ ਨੂੰ ਪਛਾਣ ਨਹੀਂ ਰਿਹਾ, ਨਾ ਇਸ ਨੂੰ ਪਤਾ ਕੌਣ ਆ ਰਿਹਾ ਕੌਣ ਨਹੀਂ। ਬਾਈ ਜੀ ਪਰਿਵਾਰ ਲੋਕਾਂ ਦੇ ਅੱਗੇ ਹੱਥ ਜੋੜ ਰਿਹਾ ਕਿ ਬਾਈ ਜੀ ਕੋਈ ਸਾਡੀ ਹੈਲਪ ਕਰ ਦਿਉ। ਤਾਂ ਮੈਨੂੰ ਕਾਲ ਆਇਆ ਬਾਈ ਜੀ, ਕਿਉਂਕਿ ਨੰਬਰ ਦਿੱਤੇ ਪਏ ਹਨਾ, ਅਤੇ ਮੁੰਡਾ ਜਾਣਕਾਰ ਵੀ ਆ, ਜਾਣਕਾਰ ਵੀ ਆ ਬਾਈ ਜੀ, ਇਸੇ ਮੁੰਡੇ ਨੇ ਸਾਡੇ ਘਰ ਬਾਈ ਜੀ ਪ੍ਰੋਗਰਾਮ ਲਾਏ ਹੋਏ ਨੇ, ਢੋਲੀ ਕੀਤੇ ਸੀ ਅਸੀਂ, ਵਿਆਹ ਕੀਤਾ ਸੀ ਭਰਾ ਦਾ, ਅਤੇ ਭਰਾ ਦੇ ਵਿਆਹ ਦੇ ਵਿੱਚ ਇਹੀ ਮੁੰਡਾ ਵਿਚਾਰਾ ਛੋਟਾ ਜਿਹਾ ਨਾਲ ਦਾ ਨੋਟ ਚੱਕਦਾ ਸੀ, ਨਾਲੇ ਉਹ ਛੈਣੇ ਵਜਾਉਂਦਾ ਸੀ। ਅਤੇ ਬਾਈ ਜੀ ਅੱਜ ਇਹ ਮੁੰਡਾ ਕੋਮਾ ਦੇ ਵਿੱਚ ਪਿਆ, ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਬਾਈ ਜੀ, ਵੀਡੀਓ ਨੂੰ ਸ਼ੇਅਰ ਕਰ ਦਿਓ। ਜੇ ਹੈਲਪ ਨਹੀਂ ਕਰ ਸਕਦੇ ਬਾਈ ਜੀ, ਵੀਡੀਓ ਨੂੰ ਸ਼ੇਅਰ ਕਰਕੇ ਹੈਲਪ ਕਰ ਦਿਓ, ਤੁਹਾਡਾ ਇੱਕ ਸ਼ੇਅਰ ਇਸ ਮੁੰਡੇ ਦੀ ਜ਼ਿੰਦਗੀ ਦੁਬਾਰਾ ਦੇ ਸਕਦਾ ਬਾਈ ਜੀ। ਆਹ ਮੁੰਡਾ ਘਰ ਆ ਸਕਦਾ ਠੀਕ ਹੋ ਕੇ, 1.5 ਤੋਂ 2 ਲੱਖ ਰੁਪਇਆ ਹਜੇ ਖਰਚਾ ਦੱਸਿਆ ਪਰਿਵਾਰ ਬਾਈ ਜੀ
ਇੰਨਾ ਖਰਚਾ ਨਹੀਂ ਚੱਲ ਸਕਦਾ, ਇਸ ਲਈ ਉਹਨਾਂ ਨੇ ਕਿਹਾ ਕਿ ਵੀਡੀਓ ਪਾਓ ਅਤੇ ਅਸੀਂ ਬਾਈ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਅਤੇ ਹੈਲਪ ਕਰੋ ਬਾਈ ਜੀ ਇਸ ਪਰਿਵਾਰ ਦੀ। ਨੰਬਰ ਸਕਰੀਨ 'ਤੇ ਚੱਲ ਰਹੇ ਨੇ, ਫੋਟੋਆਂ ਤੁਸੀਂ ਦੇਖ ਸਕਦੇ ਹੋ, ਜਾ ਕੇ ਉੱਥੇ ਖੁਦ ਵੀ ਹੈਲਪ ਕਰ ਸਕਦੇ ਹੋ। ਕੁਰਸ਼ੇਤਰ ਦੇ ਵਿੱਚ ਜੈਨ ਹੋਸਪਿਟਲ ਦੇ ਵਿੱਚ ਗੈਬੀਗਲ ਨਾਮ ਦਾ ਇਹ ਮੁੰਡਾ ਬਾਈ ਜੀ, ਨੰਬਰ ਦਿੱਤੇ ਹੋਏ ਬਾਈ ਜੀ, ਕਾਲ ਕਰਕੇ ਤੁਸੀਂ ਜਾ ਸਕਦੇ ਹੋ, ਹੈਲਪ ਕਰ ਸਕਦੇ ਹੋ। ਹੱਥ ਜੋੜ ਕੇ ਬੇਨਤੀ ਹੈ ਬਾਈ ਜੀ, ਆਹ ਦੇਖੋ ਗਰਮੀ ਦੇ ਵਿੱਚ ਮੈਂ ਵੀਡੀਓ ਬਣਾ ਰਿਹਾ ਤਾਂ ਕਿ ਭਰਾਵੋ ਕਿਸੇ ਦੀ ਹੈਲਪ ਹੋ ਸਕੇ। ਅਸੀਂ ਜਿੰਨੇ ਜੋਗੇ ਸੀ ਬਾਈ ਜੀ ਅਸੀਂ ਵੀ ਹੈਲਪ ਕਰ ਰਹੇ ਹਾਂ, ਤਾਂ ਭਰਾਵੋ ਤੁਸੀਂ ਵੀ ਕਰੋ, ਚਾਹੇ 50 ਪਾਓ ਇਹਨਾਂ ਨੂੰ, ਚਾਹੇ 100 ਪਾਓ, ਚਾਹੇ 500, ਚਾਹੇ 1000, ਤਾਂ ਕਿ ਬਾਈ ਜੀ ਇਹ ਕਿਸੇ ਦਾ ਮਾਂ ਦਾ ਪੁੱਤ, ਪਿਓ ਦਾ ਪੁੱਤ ਬਾਈ ਜੀ ਘਰ ਆ ਸਕੇ, ਕਰੋਮਾ ਤੋਂ ਬਾਹਰ ਆ ਸਕੇ। ਹੱਥ ਜੋੜ ਕੇ ਬੇਨਤੀ ਹੈ ਬਾਈ ਜੀ। ਇਹ ਬਾਈ ਜੀ ਕੁਰਸ਼ੇਤਰ ਜੈਨ ਹੋਸਪਿਟਲ ਦੇ ਵਿੱਚ ਆ ਮੁੰਡਾ, ਗੈਵੀਗਲ ਨਾਮ ਦਾ ਮੁੰਡਾ, ਪਿਹੋਵਾ ਮੋਰਥਲੀ ਦਾ ਪਿੰਡ ਆ ਬਾਈ ਜੀ, ਜੋ ਵਿਆਹਾਂ ਦੇ ਵਿੱਚ 13 ਸਾਲ ਦਾ ਮੁੰਡਾ ਵਿਆਹਾਂ ਦੇ ਵਿੱਚ ਛੈਣੇ ਵਜਾਉਂਦਾ ਢੋਲੀਆਂ ਨਾਲ ਅਤੇ ਪੈਸੇ ਵੀ ਚੱਕਦਾ ਬਾਈ ਜੀ, ਪਰ ਅੱਜ ਇਸ ਮੁੰਡੇ ਨੂੰ ਹੈਲਪ ਦੀ ਲੋੜ ਆ ਬਾਈ ਜੀ। ਜ਼ਿੰਦਗੀ ਆਪਾਂ ਇਸ ਨੂੰ ਦੇ ਸਕਦੇ ਹਾਂ, ਤੁਹਾਡਾ ਇੱਕ ਸ਼ੇਅਰ ਇਸਦੀ ਜ਼ਿੰਦਗੀ ਬਚਾ ਸਕਦਾ। ਜੇ ਬਾਈ ਜੀ ਹੈਲਪ ਨਹੀਂ ਕਰ ਸਕਦੇ ਤਾਂ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ, ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਵੀ ਹੈਲਪ ਤੋਂ ਘੱਟ ਨਹੀਂ ਬਾਈ ਜੀ। ਸ਼ੇਅਰ ਕਰਿਓ ਜੀ, ਸਕਰੀਨ 'ਤੇ ਨੰਬਰਾਂ ਕਾਲ ਕਰਕੇ ਇਹਨਾਂ ਨੂੰ ਬਾਈ ਜੀ ਪੇਮੈਂਟ ਕਰ ਸਕਦੇ ਹੋ, ਜਾ ਸਕਦੇ ਹੋ ਉੱਥੇ ਪਤਾ ਲੈ ਸਕਦੇ ਹੋ, ਅਤੇ ਬਾਈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਜ਼ਿਆਦਾ ਲੰਮੀ ਵੀਡੀਓ ਨਹੀਂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਨੂੰ, ਸਤਿ ਸ਼੍ਰੀ ਅਕਾਲ।